ਦਾ ਪਰਮੇਸ਼ਰ ਪ੍ਰਭੂ ਜਿਸ ਮਸੀਂ ਦੀ ਹਜ਼ੂਰੀ ਵਿੱਚ ਆਏ ਹੋਏ ਸਾਰੇ ਭੈਣ ਭਾਈਆਂ ਨੂੰ ਜੈਨਸੀ ਦੀ ਅੱਜ ਅਸੀਂ ਵਿਚਾਰ ਵਿੱਚ ਦੇਖਾਂਗੇ 10 ਹੁਕਮ ਪਹਿਲਾ ਹੁਕਮ ਹੈ ਬਵਿਸਥਾ ਸਰ ਪੰਜ ਅਧਿਆਇ ਦੇ 7 ਅੰਕ ਵਿੱਚ ਲਿਖਿਆ ਸੱਚਾ ਜਿੰਦਾ ਇੱਕ ਖੁਦਾ ਬਾਈਬਲ ਸਾਨੂੰ ਕਹਿੰਦੀ ਆ ਕਿ ਯਹੋਵਾ ਜਿਹੜਾ ਪਰਮੇਸ਼ਰ ਵਜੋਂ ਦਾ ਯਹੋਵਾ ਉਹ ਇੱਕ ਹੀ ਆ ਸਰਵ ਸ਼ਕਤੀਮਾਨ ਜਿਹੜਾ ਯਹੋਵਾ ਖੁਦਾਵੰਦਵਾ ਉਹ ਇੱਕ ਹੀ ਆ ਜਿਨੇ ਸਾਨੂੰ ਰਚਿਆ ਤੁਹਾਨੂੰ ਰਚਿਆ ਇਹ ਸਾਰੀ ਸ੍ਰਿਸ਼ਟੀ ਨੂੰ ਜਿਸ ਯਹੋਵਾ ਨੇ ਰਚਿਆ ਉਹ ਖੁਦਾਵੰਦ ਇੱਕ ਹੀ ਆ ਦੂਜਾ ਹੁਕਮੇ ਬਵਿਸਥਾ ਸਰ ਪੰਜ ਅਧਿਆਇ ਦੀ 28 ਆਦ ਵਿੱਚ ਲਿਖਿਆ ਮੂਰਤੀਆਂ ਦੀ ਪੂਜਾ ਨਹੀਂ ਕਰਨੀ ਖੁਦਾਵੰਦਾ ਹੁਕਮ ਇਹ ਆ ਕਿ ਮੂਰਤੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਭਾਵੇਂ ਉਹ ਮੂਰਤੀ ਮਿੱਟੀ ਦੀ ਹੋਵੇ ਸੋਨੇ ਦੇ ਹੋਵੇ ਭਾਵੇਂ ਚਾਂਦੀ ਦੇ ਹੋਵੇ ਕਿਸੇ ਵੀ ਤਰ੍ਹਾਂ ਦੀ ਮੂਰਤੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਦਾਊਦ ਪਾਸ਼ਾ ਦੀ ਲਿਖਤ ਵਿੱਚ ਲਿਖਿਆ ਹੈ ਕਿ ਜਿਹੜੀਆਂ ਮੂਰਤੀਆਂ ਨੇ ਉਹਨਾਂ ਦੇ ਕੰਨ ਤੇ ਹੁੰਦੇ ਨੇ ਪਰ ਉਹ ਸੁਣਦੀਆਂ ਨਹੀਂ ਆ ਉਹਨਾਂ ਦਾ ਮੂੰਹ ਤੇ ਹੁੰਦਾ ਪਰ ਬੋਲਦੀਆਂ ਨਹੀਂ ਆ ਉਹ ਅੱਖਾਂ ਤੇ ਹੁੰਦੀਆਂ ਨੇ ਪਰ ਦੇਖ ਨਹੀਂ ਸਕਦੀਆਂ ਇਸ ਲਈ ਮੂਰਤੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਕਿਉਂਕਿ ਖੁਦਾਵੰਦ ਯਹੋਵਾ ਜੋ ਕਿ ਜਿਉਂਦਾ ਯਹੋਵਾ ਵਾ ਉਹ ਇੱਕ ਹੀ ਖੁਦਾਵੰਦ ਵਾ। ਬਵਿਸਤਾ ਸਰ ਪੰਜਾ ਦੇ 11 ਇਤ ਵਿੱਚ ਤੀਸਰਾ ਹੁਕਮ ਲਿਖਿਆ ਕਿ ਤੂੰ ਯਹੋਵਾ ਆਪਣੇ ਪਰਮੇਸ਼ਾ ਦਾ ਨਾਮ ਵਿਅਰਥ ਨਾਲ ਲੈ। ਅੱਜ ਬਹੁਤ ਸਾਰੇ ਲੋਕ ਸ਼ਰਾਬ ਪੀ ਕੇ ਯਹੋਵਾ ਦਾ ਨਾਮ ਲੈਂਦੇ ਨੇ। ਕਈ ਲੋਕ ਕਰਦੇ ਆ ਕਿ ਸੇਵਕਾਂ ਨਾਲ ਬਹਿਸਬਾਜੀ ਕਰਦੇ ਨੇ। ਕਈ ਲੋਕ ਯਹੋਵਾ ਦੇ ਨਾਮ ਨੂੰ ਪਰਮੇਸ਼ਾ ਦੇ ਨਾਮ ਨੂੰ ਮਖੌਲ ਕਰਦੇ ਨੇ। ਬਾਈਬਲ ਸਾਨੂੰ ਸਿਖਾਉਂਦੀ ਆ ਪ੍ਰਭੂ ਯਹਸ਼ੂਮ ਸੀ ਜਿਹੜੇ ਨੇ ਜਿਹੜੇ ਯਹੋਵਾ ਨੇ ਉਹਨਾਂ ਨੇ ਤੀਸਰਾ ਹੁਕਮ ਦਿੱਤਾ ਏ ਕਿ ਤੂੰ ਆਪਣੇ ਯਹੋਵਾ ਦਾ ਨਾਮ ਵਿਅਰਥ ਨਹੀਂ ਲੈਣਾ ਅੱਗੇ ਚੌਥਾ ਕਿਵੇਂ ਬਵਿਸ਼ਥਾਸਾਰ 5 ਦੇ ਦੀ 12 ਵਿੱਚ ਲਿਖਿਆ ਤੂੰ ਸੱਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਸਾਨੂੰ ਸੱਬਤ ਦੇ ਦਿਨ ਨੂੰ ਜਾਣ ਕੇ ਚੇਤੇ ਰੱਖਣਾ ਚਾਹੀਦਾ ਨੇ ਜਿਵੇਂ ਜੋਹਵਾ ਨੇ 6 ਦਿਨ ਕੰਮ ਕੀਤਾ ਆ ਸਾਡੀ ਸ੍ਰਿਸ਼ਟੀ ਨੂੰ ਰਚਿਆ ਸਤਵੇਂ ਦਿਨ ਨੂੰ ਬਰਕਤ ਦਿੱਤੀ ਉਵੇਂ ਸਾਨੂੰ 6 ਦਿਨ ਮਿਹਨਤ ਮਜ਼ਦੂਰੀ ਕਰਨੀ ਚਾਹੀਦੀ ਆ ਆਪਣੇ ਦਹਾਂ ਨੌਂ ਦੀ ਕਿਰਤ ਕਰਨੀ ਚਾਹੀਦੀ ਆ ਤੇ ਸਤਵੇਂ ਦਿਨ ਨੂੰ ਯਹੋਵਾ ਦੀ ਆਰਾਧਨਾ ਕਰਨੀ ਚਾਹੀਦੀ ਆ ਚਰਚ ਭਵਨ ਚ ਜਾਣਾ ਚਾਹੀਦਾ ਏ ਅੱਗੇ ਪੰਜਵਾਂ ਹੁਕਮੇ ਬਵਿਸਥਾ ਸਰ ਪੰਜ ਅਧਿਆਇ ਦੀ 16 ਇਤ ਵਿੱਚ ਲਿਖਿਆ ਤੂੰ ਮਾਤਾ ਪਿਤਾ ਦਾ ਆਦਰ ਕਰ ਬਾਈਬਲ ਸਾਨੂੰ ਕਹਿੰਦੀ ਆ ਕਿ ਸਾਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਵਾ ਅੱਜ ਬਹੁਤ ਸਾਰੇ ਲੋਕ ਕੀ ਕਰਦੇ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਰਦੇ ਨੇ ਬਹੁਤ ਸਾਰੇ ਭੈਣ ਭਾਈ ਜੋ ਕੀ ਕਰਦੇ ਨੇ ਸੜਕਾਂ ਤੇ ਲੰਗਰ ਲੋਂਦੇ ਨੇ ਪਰ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਜਿਉਂਦੇ ਪ੍ਰਭੂ ਯਸ਼ੁਮਸੀਹ ਜਿਉਂਦੇ ਪ੍ਰਾਣੀ ਦੇ ਮਨੁੱਖ ਰੂਪ ਚ ਸੀ ਜਿਵੇਂ ਮਨੁੱਖੀ ਸਰੀਰ ਚ ਸੀ ਤੋਂ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕੀਤੀ ਸੀ ਸੇਵਾ ਕੀਤੀ ਸੀ ਇਸ ਲਈ ਸਾਨੂੰ ਵੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਆ ਆਗਿਆਕਾਰੀ ਕਰਨੀ ਚਾਹੀਦੀ ਆ ਸ਼ੇਵਾਂ ਹੁਕਮ ਬਵਿਸਥਾ ਸਰ ਪੰਜ ਅਧਿਆਦੀ 17 ਵਿੱਚ ਤੂੰ ਖੂਨ ਨਾ ਕਰ ਵਚਨ ਸਾਨੂੰ ਕਹਿੰਦਾ ਕਿ ਖੂਨ ਨਹੀਂ ਕਰਨਾ ਚਾਹੀਦਾ ਅੱਜ ਜ਼ਮੀਨ ਜਾਇਦਾਦ ਲਈ ਭਾਈ ਭਾਈ ਦਾ ਖੂਨ ਕਰ ਦਿੰਦਾ ਹੈ ਬਹੁਤ ਸਾਰੀਆਂ ਭੈਣਾਂ ਨੇ ਜੋ ਆਪਣੇ ਗਰਭ ਵਿੱਚ ਆਪਣੇ ਬੱਚੇ ਨੂੰ ਮਾਰਾ ਦਿੰਦੀਆਂ ਨੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਖੂਨ ਕੀ ਆ ਪਾਪ ਆ ਸਤਮਾ ਹੁਕਮੇ ਬਵਿਸਥਾ ਸਰ ਪੰਜ ਅਧਿਆਦੀ 18 ਇਹ ਵਿੱਚ ਲਿਖਿਆ ਜਨਾਹ ਕਰੀ ਨਹੀਂ ਕਰਨੀ ਚਾਹੀਦੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਆਪਣੇ ਮਨ ਵਿੱਚ ਗੰਦੀ ਸੋਚ ਗੰਦੀ ਕਾਮਨਾ ਨਹੀਂ ਰੱਖਣੀ ਚਾਹੀਦੀ ਪਤੀ ਪਤਨੀ ਨੂੰ ਇੱਕ ਦੂਜੇ ਪ੍ਰਤੀ ਹੀ ਵਫਾਦਾਰ ਹੋਣਾ ਚਾਹੀਦਾ ਹੈ ਅੱਗੇ 8ਵਾਂ ਹੁਕਮ ਹੈ ਬਵਿਸ਼ਤਾ ਸਰ ਪੰਜ ਅਧਿਆਇ ਦੀ 19 ਆਇਤ ਵਿੱਚ ਲਿਖਿਆ ਚੋਰੀ ਨਾ ਕਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਚੋਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਚੋਰੀ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਚੋਰੀ ਕੀ ਆ ਪਾਪ ਹੈ ਇਹ ਸਾਡੇ ਜੁਮੇ ਪਾਪ ਲਾ ਦਿੰਦੀ ਜੇ ਆਪਾਂ ਇੱਕ ਫਲ ਦੀ ਵੀ ਚੋਰੀ ਕਰਨੀ ਆ ਭਾਵੇਂ ਕਿਸੇ ਦੀ ਸਬਜ਼ੀ ਦੀ ਚੋਰੀ ਕਰਨੀ ਆ ਤਾਂ ਵੀ ਇਹ ਸਾਡਾ ਪਾਪ ਲਿਖਿਆ ਜਾਂਦਾ ਹੈ ਭਵਿਸ਼ਥਾ ਸਰ 5 ਦੀ ਵੀਏ ਐਤ ਵਿੱਚ ਲਿਖਿਆ ਹੈ ਨੋਵਾ ਹੁਕਮ ਕਿ ਝੂਠੀ ਗਵਾਹੀ ਨਹੀਂ ਦੇਣੀ ਅੱਜ ਬਹੁਤ ਸਾਰੇ ਲੋਕ ਆਪਣੇ ਆਣਗਵਾਂ ਦੇ ਵਿਰੁੱਧ ਝੂਠੀ ਗਵਾਹੀ ਦਿੰਦੇ ਨੇ ਜਦੋਂ ਆਪਾਂ ਕਿਸੇ ਦੇ ਫਿਰ ਉਹਦੇ ਝੂਠੀ ਗਵਾਹੀ ਦਿੰਨੇ ਆ ਤੇ ਕਿਸੇ ਨੂੰ ਫਸਾ ਦਿੰਨੇ ਆ ਇਸ ਲਈ ਕਿਸੇ ਵੀ ਤਰ੍ਹਾਂ ਦਾ ਝੂਠ ਨਹੀਂ ਬੋਲਣਾ ਚਾਹੀਦਾ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਦਸਵਾਂ ਹੁਕਮੇ ਭਵਿਸ਼ਥਾ ਸਰ 5 ਅਧਾਇ ਦੇ 21 ਐਤ ਵਿੱਚ ਲਿਖਿਆ ਵਾ ਆਪਣੇ ਗਵਾਂਡੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰ ਸਾਨੂੰ ਕਿਸੇ ਵੀ ਪ੍ਰਕਾਰ ਦਾ ਲਾਲਚ ਨਹੀਂ ਕਰਨਾ ਚਾਹੀਦਾ ਭਾਵੇਂ ਕਿਸੇ ਦੇ ਘਰ ਦਾ ਹੋਵੇ ਭਾਵੇਂ ਕਿਸੇ ਦੇ ਕਾਰੋਬਾਰ ਦਾ ਹੋਵੇ ਜਾਂ ਕਿਸੇ ਹੋਰ ਵਸਤ ਦਾ ਹੋਵੇ ਕਿਸੇ ਵੀ ਪ੍ਰਕਾਰ ਦਾ ਲਾਲਚ ਨਹੀਂ ਕਰਨਾ ਚਾਹੀਦਾ ਇਹ ਜਿਹੜੇ 10 ਹੁਕਮ ਨੇ ਕੋਚ ਵੀ ਅਧਿਆਏ ਦੇ ਕੋਚ ਵੀ ਅਧਿਆਏ ਦੀ 1 ਤੋਂ ਲੈ ਕੇ 17 ਅਧਿਆਏ ਵਿੱਚ ਤੁਹਾਨੂੰ ਮਿਲ ਸਕਦੇ ਨੇ ਤੁਸੀਂ ਬਾਈਬਲ ਪੜ੍ਹੋ ਪ੍ਰਾਰਥਨਾ ਕਰੋ ਤੇ ਸਾਨੂੰ ਇਹ ਦਸਵਾਂ ਦਸਾਂ ਹੁਕਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ گزارਣਾ ਚਾਹੀਦਾ ਆਓ ਅਸੀਂ ਪ੍ਰਾਰਥਨਾ ਕਰਾਂਗੇ ਮਿਹਰਬਾਨ ਪ੍ਰਮੇਸ਼ਰ ਪਿਤਾ ਪਰਮੇਸ਼ਰ ਸੇ ਤੁਹਾਡਾ ਧੰਨਵਾਦ ਕਰਨੇ ਖੁਦਾਵੰਦ ਖੁਦਾ ਤੁਸੀਂ ਜੂnde <Sanye> ਜਹਵਾ ਤੁਹਾਡਾ ਧੰਨਵਾਦ ਕਰਨੇ ਪਿਤਾ ਪਰਮੇਸ਼ਰ ਇੱਕ ਇੱਕ ਤੇ ਕਿਰਪਾ ਕੀਤੀ ਅਸੀਂ ਤੁਹਾਡਾ ਧੰਨਵਾਦ ਕਰਨੇ ਪਿਤਾ ਪਰਮੇਸ਼ਰ ਇਹ 10 ਹੁਕਮ ਇੱਕ ਇੱਕ ਦੀ ਜ਼ਿੰਦਗੀ ਵਿੱਚ ਕੰਮ ਕਰਨ ਖੁਦਾਵੰਦ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਨੇ ਨੇ ਪਿਤਾ ਪਰਮੇਸ਼ਰ ਆਪਣੇ ਨਾਮ ਵਿੱਚ ਵਧੋਣਾ ਪਿਤਾ ਪਰਮੇਸ਼ਰ ਤੁਹਾਡਾ ਰਾਜ਼ ਹੈ ਖੁਦਾਵੰਦ ਅਸੀਂ ਤੁਹਾਡਾ ਧੰਨਵਾਦ ਕਰਨੇ ਪਿਤਾ ਜੀ ਇੱਕ ਇੱਕ ਤੇ ਤੁਸੀਂ ਕਿਰਪਾ ਕਰਨੀ ਪਰਮੇਸ਼ਰ ਤੁਹਾਡਾ ਧੰਨਵਾਦ ਉਹ ਤੁਹਾਡੇ ਲਹੂ ਦੀ ਚਾਪੀ ਪਿਤਾ ਪਰਮੇਸ਼ਰ ਇੱਕ ਇੱਕ ਨੂੰ ਸ਼ੂਨਾ ਖੁਦਾਵੰਦ ਅਸੀਂ ਤੁਹਾਡਾ ਧੰਨ ਧੰਨਵਾਦ ਕਰਨੇ ਪਿਤਾ ਪਰਮੇਸ਼ਰ ਅੱਜ ਦੇ ਵਚਨ ਨਾਲ ਇੱਕ ਇੱਕ ਦੀ ਜ਼ਿੰਦਗੀ ਬਦਲ ਜੇ ਖੁਦਾਵੰਤ ਤੁਹਾਡਾ ਧੰਨਵਾਦ ਹੋ ਪ੍ਰੀਮ ਪਿਤਾ ਪਰਮੇਸ਼ਰ ਇੱਕ ਇੱਕ ਦੇ ਘਰਾਂ ਪਰਿਵਾਰਾਂ ਚ ਅਸੀਸ ਤੇ ਬਰਕਤ ਹੈ ਖੁਦਾਵੰਤ ਅਸੀਂ ਤੁਹਾਡਾ ਧੰਨਵਾਦ ਕਰਨੇ ਯਹੋਵਾ ਤੁਸੀਂ ਸਾਡੀਆਂ ਸਾਰੀਆਂ ਬੇਨਤੀਆਂ ਨੂੰ ਸੁਣਿਆ ਅਸੀਂ ਤੁਹਾਡਾ ਧੰਨਵਾਦ ਕਰਨੇ ਆ ਮੇਰੀ ਛੋਟੀ ਬੇਨਤੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਪ੍ਰਾਰਥਨਾ ਪ੍ਰਭੂ ਯੇਸ਼ੂ ਸਦੀ ਦਾ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ